ਜੀ ਆਹ ਸ਼ਿਮਲਾ ਮਿਰਚ ਥੋੜ੍ਹੀ ਜਿਹੀ ਹਾਂ ਕੱਟੀ ਹੈ ਅਸੀਂ, ਅਤੇ ਆਹ ਆਨੀਅਨ ਹੈਗਾ, ਅਤੇ ਆਹ ਹੀ ਟਮਾਟਰ ਥੋੜ੍ਹੇ ਜਿਹੇ ਕੱਟੇ ਨੇ। ਅਤੇ ਇਸ ਤੋਂ ਬਾਅਦ ਅਸੀਂ ਆ ਇੱਕ ਸੂਜੀ ਲਈ, ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਦਹੀਂ ਮਿਕਸ ਕੀਤਾ, ਅਤੇ ਦਹੀਂ ਦੇ ਵਿੱਚ ਹੋਰ ਥੋੜ੍ਹਾ ਜਿਹਾ ਪਾ ਲਾਂਗੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਠੀਕ ਹੈ ਜੀ, ਪਾਣੀ ਜਿਹੜਾ ਹੈ ਥੋੜ੍ਹਾ ਜਿਹਾ ਪਾ ਲੈਣਾ ਆਪਾਂ ਨੇ, ਤਾਂ ਫਿਰ ਇਹਨੂੰ ਇੱਦਾਂ ਅੱਛੀ ਤਰ੍ਹਾਂ ਮਿਕਸ ਕਰੋ, ਅਤੇ ਇਸ ਤਰ੍ਹਾਂ ਫਿਰ ਇਹਦੇ ਵਿੱਚ ਹੋਰ ਪਾਣੀ ਪਾਓ ਥੋੜ੍ਹਾ ਜਿਹਾ, ਬੈਟਰ ਤਿਆਰ ਹੋ ਗਿਆ ਜੀ। ਕਿਉਂਕਿ ਮੇਰੀ ਘਰ ਵਾਲੀ ਜੀ ਵਾਈਫ ਜੀ ਹੈ ਨਾ, ਜਿਹੜੇ ਇਹ ਬਣਾਉਂਦੇ ਰਹਿੰਦੇ ਨੇ, ਉਹਨਾਂ ਨੂੰ ਪਤਾ ਕਿੰਨਾ ਪਾਣੀ ਪਾਉਣਾ, ਉਹ ਪਾਈ ਜਾਂਦੇ ਆ ਅਤੇ ਮੈਂ ਹਿਲਾਈ ਜਾਂਦਾ, ਆਹ ਹਿੱਲੀ ਜਾਂਦਾ। ਦੇਖੋ ਕਿੰਨਾ ਸੋਹਣਾ ਘੁਲਦਾ ਪਿਆ, ਇਹ ਘੁਲ ਘੁਲ ਗਿਆ ਜੀ। ਹੁਣ ਇਹਦੇ ਵਿੱਚ ਦਹੀਂ ਪਾਉਣਾ ਹੋਰ, ਅੱਛਾ, ਅਤੇ ਇਹ ਹੁਣ ਲਿਕੁਇਡ ਜਿਹੜਾ ਆਪਣਾ ਤਿਆਰ ਹੋ ਗਿਆ, ਇਹਨੂੰ ਹੁਣ ਥੋੜ੍ਹੀ ਦੇਰ ਲਈ ਅਸੀਂ ਰੈਸਟ ਕਰਨ ਲਈ ਰੱਖ ਦਿੰਦੇ ਹਾਂ, ਅਤੇ ਥੋੜ੍ਹਾ ਜਿਹਾ ਅੱਛਾ ਸੂਜੀ ਜਿਹੜੀ ਆ ਫੁੱਲ ਜਾਏਗੀ, ਅਤੇ ਅੱਛੀ ਤਰ੍ਹਾਂ ਇਹਦੇ ਨਾਲ ਇਹ ਫਿਰ ਇਹਦਾ ਅੱਗੇ ਵਾਲਾ ਪ੍ਰੋਸੈਸ ਕਰਾਂਗੇ। ਚਾਟ ਮਸਾਲਾ ਕੱਢੋ ਪਹਿਲਾਂ ਉੱਪਰ, ਇਹਦੇ ਵਿੱਚ ਥੋੜ੍ਹਾ ਜਿਹਾ ਜੀ ਨਮਕ ਮਿਕਸ ਕਰ ਦਿੰਦੇ ਹਾਂ ਆਪਾਂ, ਉਹਦੇ 'ਚ ਵੀ ਪਾਇਆ ਬੇਸ 'ਚ, ਕਿਉਂਕਿ ਅਸੀਂ ਪਹਿਲਾਂ ਜਿਹੜਾ ਇਹਦੇ ਵਿੱਚ ਪਾ ਚੁੱਕੇ ਹਾਂ ਸੂਜੀ ਦੇ ਵਿੱਚ, ਜਿਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਦਹੀਂ ਪਾਇਆ ਸੀ ਅਤੇ ਥੋੜ੍ਹਾ ਜਿਹਾ ਪਾਣੀ ਪਾਇਆ ਸੀ, ਇਹਨੂੰ ਹਿਲਾ ਦਿੱਤਾ। ਇਹ ਸੂਜੀ ਹੈ ਨਾ ਫੁੱਲ ਜਾਂਦੀ ਹੈ, ਇਹਦੇ 'ਚ ਥੋੜ੍ਹਾ ਜਿਹਾ ਪਾਣੀ ਫਿਰ ਪਾਉਣਾ ਵੀ ਪੈ ਸਕਦਾ, ਇਹਨੂੰ ਅਸੀਂ ਪਤਲਾ ਹੀ ਰੱਖਣਾ ਇਸ ਤਰ੍ਹਾਂ। ਅਤੇ ਹੁਣ ਇਹਦੇ 'ਚ ਅਸੀਂ ਹਲਕੀ ਜਿਹੀ ਮਿਰਚ ਪਾ ਲੈਂਦੇ ਹਾਂ ਮਟੀਰੀਅਲ ਦੇ ਉੱਤੇ, ਠੀਕ ਹੈ ਜੀ, ਥੋੜ੍ਹਾ ਜਿਹਾ ਮਸਾਲਾ ਵੀ ਪਾ ਲੈਂਦੇ ਹਾਂ, ਅਤੇ ਥੋੜ੍ਹਾ ਜਿਹਾ ਅਸੀਂ ਇਹਦੇ 'ਚ ਬਲੈਕ ਸਾਲਟ ਵੀ ਪਾ ਲਿਆ। ਇਸ ਤਰ੍ਹਾਂ ਇਹ ਜਿਹੜਾ ਹੁਣ ਸਾਡਾ ਮਟੀਰੀਅਲ ਹੈ, ਇਹਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਥੋੜ੍ਹਾ ਜਿਹਾ ਚਾਟ ਮਸਾਲਾ ਵੀ ਇਹਦੇ ਉੱਤੇ ਪਾ ਦਿੰਦੇ ਹਾਂ ਅਸੀਂ, ਇਹ ਡੱਬੀ ਦੇ ਵਿੱਚ ਪਹਿਲਾਂ ਹੀ ਪਾ ਕੇ ਰੱਖਿਆ ਹੋਇਆ ਚਾਟ ਮਸਾਲਾ। ਚਾਟ ਮਸਾਲਾ ਦੇਖੋ ਜੀ, ਹੁਣ ਇਹਦੇ ਵਿੱਚ ਪਾ ਦਿੱਤਾ ਆ। ਲਓ ਜੀ, ਹੁਣ ਅਸੀਂ ਇਹਦੇ 'ਚ ਪਾਵਾਂਗੇ ਜਿਹੜਾ ਮਿਕਸਚਰ ਬਣਾਇਆ ਸੀ, ਆ ਪੈਨ ਸਾਡਾ ਗਰਮ ਹੋ ਗਿਆ, ਉਹ 'ਚ ਥੋੜ੍ਹਾ ਜਿਹਾ ਰਿਫਾਇੰਡ ਪਾਇਆ ਸੀ, ਹੁਣ ਪਾਉਣ ਲੱਗੇ ਅਸੀਂ ਸੂਜੀ, ਅਤੇ ਜਿਹੜਾ ਮਿਕਸਚਰ ਸੀਗਾ, ਅਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਆਲੇ ਦੁਆਲੇ ਫੈਲਾ ਦਿੰਦੇ ਹਾਂ। ਹੁਣ ਇਹਦੇ ਉੱਤੇ ਥੋੜ੍ਹਾ ਜਿਹਾ ਅਸੀਂ ਆਹ ਮਿਕਸਚਰ ਜਿਹੜਾ ਤਿਆਰ ਕੀਤਾ ਸੀ ਸ਼ਿਮਲਾ ਮਿਰਚ ਪਿਆਜ਼ ਟਮਾਟਰ ਦਾ, ਉਹ ਪਾ ਦਿੱਤਾ, ਥੋੜ੍ਹਾ ਥੋੜ੍ਹਾ ਜਿਹਾ ਅੱਛੀ ਤਰ੍ਹਾਂ ਵਿਛਾ ਦਿਓ ਇਹਦੇ ਉੱਤੇ, ਅਤੇ ਉੱਤੋਂ ਥੋੜ੍ਹਾ ਜਿਹਾ ਇਹਨੂੰ ਅਸੀਂ ਪ੍ਰੈਸ ਕਰ ਦਾਂਗੇ। ਪੀਜ਼ੇ ਵਾਲੇ ਥੋੜ੍ਹੇ ਜਿਹੇ ਸਪਰਿੰਕਲ ਵੀ ਇਹਦੇ ਉੱਤੇ ਪਾ ਦਿੱਤੇ ਅਸੀਂ, ਆਹ ਦੇਖੋ ਪੀਜ਼ਾ ਮਿਕਸ, ਪੀਜ਼ਾ ਮਿਕਸ। ਇਹਨੂੰ ਸਿਮ 'ਤੇ ਰੱਖਣਾ ਜੀ, ਲਾਈਟ ਗੈਸ, ਥੋੜ੍ਹਾ ਜਿਹਾ ਇਹਦੇ ਉੱਪਰ ਤੇਲ ਵੀ ਲਾ ਦੇਣਾ, ਕਿਉਂਕਿ ਜਦੋਂ ਅਸੀਂ ਇਹਨੂੰ ਫੋਲਡ ਦੂਸਰੀ ਸਾਈਡ ਕਰਾਂਗੇ ਤਾਂ ਫਿਰ ਨਾਲ ਨਹੀਂ ਚਿਪਕੇਗਾ, ਅਤੇ ਇਹਨੂੰ 2 ਮਿੰਟ ਲਈ ਅਸੀਂ ਢੱਕ ਦੇਣਾ ਜੀ ਇਸ ਤਰ੍ਹਾਂ। ਪਾਸਾ ਪਰਤੇ ਪਈ ਜੀ ਇਹਦਾ, ਬਣ ਕੇ ਰੈਡੀ ਹੋ ਗਿਆ ਜੀ ਸਾਡਾ, ਹੁਣ ਇਹਦੀ ਦੂਜੀ ਸਾਈਡ ਕਰ ਦਿੰਦੇ ਹਾਂ, 2 ਮਿੰਟ ਲਈ ਅਸੀਂ ਇਹਨੂੰ ਢੱਕਣ ਨਾਲ ਢੱਕ ਦੇਣਾ ਜੀ। ਲਓ ਜੀ, ਸੂਜੀ ਵਾਲਾ ਪੀਜ਼ਾ ਹੁਣ ਖਾਣ ਵਾਸਤੇ ਤਿਆਰ ਹੈ, ਆਹ ਦੇਖੋ ਕਿੰਨਾ ਸੋਹਣਾ ਹੈ, ਤੁਸੀਂ ਵੀ ਟਰਾਈ ਕਰ ਸਕਦੇ ਹੋ, ਬਣਾਇਓ ਘਰ ਵਿੱਚ, ਖਾਇਓ, ਬਣਾ ਕੇ ਬੱਚਿਆਂ ਨੂੰ ਖਿਲਾਇਓ।